ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਸਾਰੇ ਠੀਕ ਠਾਕ ਹੋ? ਉਮੀਦ ਕਰਦੇ ਹਾਂ ਸਭ ਠੀਕ ਹੋਗੇ ਤੇ ਅਸੀਂ ਵੀ ਠੀਕ ਠਾਕ ਹਾਂ। ਤੇ ਜਿੱਦਾਂ ਕਿ ਤੁਹਾਨੂੰ ਦੱਸਿਆ, ਅਸੀਂ ਇੱਕ ਵਲੋਗ ਆਪਣਾ ਹੋਰ ਵੀ ਪੈਂਡਿੰਗ ਪਏ ਨੇ, ਦੋ ਵਲੋਗ ਪਏ ਨੇ, ਬਸ ਐਡਿਟ ਵਗੈਰਾ ਕਰਦੇ ਨੇ, ਬਾਕੀ ਹੋਰ ਵੀ ਅਪਲੋਡ ਕਰਨੇ ਆ, ਡਾਊਨਲੋਡ ਕਰਨੇ, ਬੜਾ ਕੁਛ ਹਲੇ ਕਰਨ ਵਾਲਾ ਬਾਕੀ ਪਿਆ ਦੇ। ਅਤੇ ਇਹ ਵਾਲਾ ਮਹੀਨਾ ਤੁਹਾਨੂੰ ਪਤਾ ਹੀ ਆ, ਛੁੱਟੀਆਂ ਬਹੁਤ ਹੀ, ਨਹੀਂ ਤਾਂ ਮੈਨੂੰ ਵੈਸੇ ਉਮੀਦ ਸੀ 10 ਤਰੀਕ ਤੱਕ ਆਪਣਾ ਗੱਡੀ ਵਾਲਾ ਕੰਮ ਬਣ ਜਾਣਾ ਸੀ। ਅਤੇ 1 ਤਰੀਕ ਤਾਂ ਸ਼ਨੀਵਾਰ ਸੀ, 2 ਤਰੀਕ ਐਤਵਾਰ ਸੀ, ਉਸ ਤੋਂ ਬਾਅਦ ਮਹਾਂਵੀਰ ਜਯੰਤੀ, ਹਨੂੰਮਾਨ ਜਯੰਤੀ, ਅੱਜ ਗੁੱਡ ਫਰਾਈਡੇ ਹੈ, ਕੱਲ੍ਹ ਸੈਕਿੰਡ ਸੈਚਰਡੇ, ਅਤੇ ਪਰਸੋਂ ਐਤਵਾਰ। 10 ਦਿਨ ਤਾਂ ਸਮਝ ਲਓ ਛੁੱਟੀਆਂ ਜੀ ਨਿਕਲ ਗਏ, ਅਤੇ ਉਮੀਦ ਹੈਗੀ ਆ ਸੋਮਵਾਰ ਤੱਕ NOC ਆ ਜਾਏਗੀ, ਅਤੇ ਉਸ ਤੋਂ ਬਾਅਦ HP ਕੀ ਹੁੰਦਾ, ਹਾਈ ਪਰਚੇਜ ਚੜ੍ਹ ਕੇ, ਅਤੇ ਉਹਦੇ ਬਾਅਦ ਹੀ ਆਪਾਂ ਨੂੰ ਗੱਡੀ ਉੱਥੋਂ ਮਿਲਣੀ ਆ, ਕਿਉਂਕਿ ਲੋਨ ਦੇ ਪੈਸੇ ਰਹਿੰਦੇ ਆ ਹਲੇ, ਬਾਕੀ ਉੱਪਰ ਵਾਲੇ ਪੈਸੇ ਉਹਨੂੰ ਦਿੱਤੇ ਹੋਏ ਆਪਾਂ, ਸਾਰਾ ਕੁਛ ਮਤਲਬ ਕਲੀਅਰ ਹੈ। ਇੱਕ ਪੇਮੈਂਟ ਕਰਕੇ, ਇੱਕ NOC ਕਰਕੇ, ਬਾ ਦੋ ਚੀਜ਼ਾਂ ਕਰਕੇ ਗੱਡੀ ਆਪਾਂ ਨੂੰ ਹਲੇ ਉੱਥੋਂ ਮਿਲੀ ਨਹੀਂ। ਅਤੇ ਬਾਕੀ ਗੱਡੀ ਆ ਲੈਣ ਦਿਉ, ਅਤੇ ਫਿਰ ਉਸ ਤੋਂ ਬਾਅਦ ਵਲੋਗ ਆਉਣਗੇ ਡੇਲੀ, ਅਤੇ ਬਾਕੀ ਆ ਜਿਹੜੇ ਦੋ ਵਲੋਗ ਬਣੇ ਪਏ ਨੇ ਇਹ ਵੀ ਆਪਾਂ ਛੇਤੀ ਹੀ ਕਰਾਂਗੇ ਅਪਲੋਡ। ਬਾਕੀ ਗਏ ਹੋਏ ਸੀ ਆਪਾਂ ਮਨੀਕਰਨ ਸਾਹਿਬ ਘੁੰਮਣ, ਅਤੇ ਥੋੜ੍ਹੀ ਜਿਹੀ ਕੋਈ ਪ੍ਰੋਬਲਮ ਹੋ ਗਈ ਜਿਹਦੇ ਕਰਕੇ ਸਾਨੂੰ ਵਾਪਸ ਆਉਣਾ ਪੈ ਗਿਆ, ਹੈ ਨਾ? ਇੱਕ ਆਪ ਨੂੰ ਬੁਲਾਇਆ ਨਾ। ਅਤੇ ਬਾਕੀ ਵਲੋਗ ਲੇਟ ਆ ਰਿਹਾ, ਗਲਤੀ ਸ਼ਲਤੀ ਕਰਿਓ ਮਾਫ਼, ਅਤੇ ਬਣੇ ਰਹੋ ਇੱਦਾਂ ਹੀ ਆਪਣੇ ਨਾਲ, ਅਤੇ ਕੋਸ਼ਿਸ਼ ਕਰਾਂਗੇ ਕੱਲ੍ਹ ਪਰਸੋਂ ਵਲੋਗ ਪਾਉਣ ਦੀ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਰੱਬ ਰਾਖਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੀ ਵੀਡੀਓ 'ਚ।